ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਸਾਰੇ ਸਰੋਤਿਆਂ ਦਾ। 43 ਪਾਸਪੋਰਟ ਸੇਵ ਹੋਏ ਸੀਗੇ ਜਿਹਦੇ ਵਿੱਚ ਜੀ ਆਪਣੇ ਕੋਲ 15 ਪਾਸਪੋਰਟ ਸਟੂਡੈਂਟ ਨਾਲ ਸੰਬੰਧਿਤ ਆਏ ਆ, 8 ਪਾਸਪੋਰਟ ਓਪਨ ਵਰਕ ਪਰਮਿਟ ਦੇ ਨੇ। ਇਹਨਾਂ ਜਿਹੜੇ ਆਪਣੇ ਕੋਲ 8 ਅਤੇ 15 ਪਾਸਪੋਰਟ ਸਟੂਡੈਂਟ ਦੇ ਓਪਨ ਦੇ ਆਏ ਆ, ਇਹਨਾਂ ਦੇ ਵਿੱਚੋਂ 5 ਕੈਂਡੀਡੇਟ ਉਹ ਨੇ ਜਿਹੜੇ ਇਕੱਠੇ ਟਰੈਵਲ ਕਰ ਰਹੇ ਆ। ਇਹਦੇ ਨਾਲ ਨਾਲ ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਦੇ ਵੀ ਆਪਣੇ ਕੋਲ ਅੱਜ ਪਾਸਪੋਰਟ ਸੇਵ ਹੋਏ ਆ, ਜਿਹਨਾਂ 'ਚ 16 ਪਾਸਪੋਰਟ ਵਿਜ਼ਟਰ ਵੀਜ਼ਾ ਦੇ ਆ ਅਤੇ 4 ਪਾਸਪੋਰਟ ਸੁਪਰ ਵੀਜ਼ਾ ਦੇ ਆਪਣੇ ਕੋਲ ਪਹੁੰਚੇ ਆ। ਸੋ ਆਪਾਂ ਸਟਾਰਟ ਕਰਦੇ ਹਾਂ ਸਟੂਡੈਂਟ ਵੀਜ਼ਾ ਤੋਂ। ਸਟੂਡੈਂਟ ਵੀਜ਼ਾ ਜਿਹੜੇ ਪਾਸਪੋਰਟ ਸਾਡੇ ਕੋਲ ਰਿਸੀਵ ਹੋਏ ਆ, ਜ਼ਿਆਦਾਤਰ ਬੱਚੇ ਜਿਹੜੇ ਇਹ ਜਾ ਰਹੇ ਆ, ਇਹਨਾਂ ਦਾ ਇਨਟੇਕ ਜਨਵਰੀ ਅਤੇ ਮਈ ਇਨਟੇਕ ਆ। ਬਟ ਇਹਦੇ ਨਾਲ ਨਾਲ ਦੱਸਣਾ ਚਾਹੁੰਦਾ ਕਿ ਸਤੰਬਰ ਦੇ ਵੀਜ਼ਾ ਵੀ ਕਾਫੀ ਬੱਚਿਆਂ ਦੇ ਆਪਣੇ ਕੋਲ ਸਟੈਂਪ ਹੋ ਕੇ ਪਹੁੰਚ ਚੁੱਕੇ ਆ, ਕਿਉਂਕਿ ਕੈਨੇਡਾ ਵੱਲ ਨੂੰ ਜਿਹੜਾ ਜਾਣ ਦਾ ਰੁਝਾਨ ਆ ਬੱਚਿਆਂ ਦਾ ਉਹ ਦਿਨੋਂ ਦਿਨ ਵੱਧ ਹੀ ਰਿਹਾ ਵਾ। ਈਵਨ ਕਿ ਜਦੋਂ ਦਾ ਗੌਰਮੈਂਟ ਨੇ ਇਹ ਅਨਾਊਂਸ ਕੀਤਾ ਕਿ ਜਿਹੜਾ GIC ਦੀ ਅਮਾਊਂਟ ਆ ਉਹ $20,635 ਕਰਤੀ, ਉਸ ਤੋਂ ਬਾਅਦ 'ਚ ਇਹ ਰਸ਼ ਹੋਰ ਵੀ ਜ਼ਿਆਦਾ ਇਨਕਰੀਜ਼ ਹੋ ਗਿਆ। ਇਸ ਕਰਕੇ ਕੁਝ ਯੂਨੀਵਰਸਿਟੀਜ਼ ਵੱਲੋਂ ਵੀ ਸਾਨੂੰ ਇੰਸਟਰਕਸ਼ਨ ਹੋਣੀਆਂ ਸਟਾਰਟ ਹੋ ਚੁੱਕੀਆਂ ਕਿ ਸਾਡੇ ਕੋਲ ਬਹੁਤ ਹੀ ਲਿਮਿਟਡ ਸੀਟਸ ਅਵੇਲੇਬਲ ਰਹਿ ਗਈਆਂ ਨੇ। ਸੋ ਜੇ ਕਿਸੇ ਬੱਚੇ ਨੇ ਵੀ ਅਪਲਾਈ ਕਰਨਾ ਤਾਂ ਛੇਤੀ ਤੋਂ ਛੇਤੀ ਅਪਲਾਈ ਕਰ ਸਕਣ। ਅਤੇ ਇਹਦੇ ਨਾਲ ਨਾਲ ਇੱਕ PR ਦਾ ਜਿਹੜਾ ਸੌਖ ਹੁੰਦਾ ਵਾ ਉਹ ਕੈਨੇਡਾ ਦੇ ਵਿੱਚ ਹੈਗਾ ਕਿਤੇ ਨਾ ਕਿਤੇ, ਕਿਉਂਕਿ ਕਾਫੀ ਪ੍ਰੋਵਿੰਸਸ ਦੇ ਵਿੱਚ ਵਧੀਆ ਰੂਲ ਚੱਲਦੇ ਆ ਜਿਨ੍ਹਾਂ 'ਚ ਬੜੀ ਆਸਾਨੀ ਨਾਲ PR ਮਿਲ ਜਾਂਦੀ ਹੈ ਸਾਨੂੰ। ਸੋ ਅਗਲੇ ਜਿਹੜੇ 8 ਪਾਸਪੋਰਟ ਆ ਇਹ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਆ ਜੀ। ਅਸੀਂ ਦੇਖ ਸਕਦੇ ਹਾਂ ਇਹਨਾਂ ਦੇ ਵਿੱਚ 5 ਕੈਂਡੀਡੇਟ ਉਹ ਨੇ ਜਿਨ੍ਹਾਂ ਨੇ ਆਪਣੇ ਸਪਾਊਸ ਦੇ ਨਾਲ ਹੀ ਟਰੈਵਲ ਕਰਨਾ ਵਾ। ਸੋ ਇਹ ਪਾਸਪੋਰਟ ਸਾਰੇ ਓਪਨ ਵਰਕ ਪਰਮਿਟ ਨਾਲ ਸੰਬੰਧਿਤ ਆ, ਅਤੇ ਜਿਹੜੇ ਬਾਕੀ 3 ਕੈਂਡੀਡੇਟ ਉਹਨਾਂ ਦੇ ਜਿਹੜੇ ਸਪਾਊਸ ਨੇ ਉੱਧਰ ਕੈਨੇਡਾ ਦੇ ਵਿੱਚ ਉਹ ਫੁੱਲ ਟਾਈਮ ਸਟੂਡੈਂਟ ਜਾਂ ਫੁੱਲ ਟਾਈਮ ਵਰਕਰ ਹੋਣਗੇ ਜਿਨ੍ਹਾਂ ਦਾ ਕੇਸ ਅਪਰੂਵ ਹੋ ਕੇ ਪਹੁੰਚਿਆ ਅੱਜ ਸਾਡੇ ਕੋਲ। ਸੋ ਇਹ 8 ਪਾਸਪੋਰਟ ਓਪਨ ਵਰਕ ਪਰਮਿਟ ਦੇ। ਅੱਗੇ ਹੈਗੇ ਆ ਜੀ ਆਪਣੇ ਕੋਲ ਜਿਹੜੇ ਪਾਸਪੋਰਟ, ਇਹ ਹੈਗੇ ਵਿਜ਼ਟਰ ਵੀਜ਼ਾ ਅਤੇ ਸੁਪਰ ਵੀਜ਼ਾ ਨਾਲ ਸੰਬੰਧਿਤ। ਇਹਨਾਂ ਦੇ ਵਿੱਚ ਜਿਹੜੇ ਮੈਂ ਇਹ ਪਾਸਪੋਰਟ ਪਹਿਲਾਂ ਦਿਖਾਉਣਾ ਚਾਹੁੰਦਾ ਤੁਹਾਨੂੰ, ਇਹ ਆਪਣੇ ਕੋਲ ਪਾਸਪੋਰਟ ਆਏ ਅੱਜ 12 ਪਾਸਪੋਰਟ ਨੇ ਜਿਹੜੇ ਕੰਪਲੀਟਲੀ ਯੰਗ ਨੇ ਬੱਚੇ, ਜਿਨ੍ਹਾਂ ਦੀ ਏਜ 95 ਤੋਂ ਬਾਅਦ ਦੇ ਜਿਹੜੇ ਬੋਰਨ ਨੇ ਉਹਨਾਂ ਦੇ ਆ। ਸੋ ਮੈਂ ਤੁਹਾਨੂੰ 1x1 ਦਿਖਾ ਵੀ ਦਿੰਦਾ। ਮਨਜੀਤ ਸਿੰਘ ਆ ਜੀ, ਜਿਨ੍ਹਾਂ ਦਾ 2001 ਦਾ ਬੋਰਨ ਨੇ ਇਹ, ਤੁਸੀਂ ਦੇਖ ਸਕਦੇ ਇਹਨਾਂ ਦਾ ਵੀਜ਼ਾ ਜਿਹੜਾ ਸਟੈਂਪ ਹੋ ਕੇ ਪਹੁੰਚਿਆ ਆਪਣੇ ਕੋਲ। ਅੱਗੇ ਹੈਗਾ ਜੀ ਕਿਰਨਵੀਰ, 2028 ਤੱਕ ਦਾ ਇਹਨਾਂ ਦਾ ਵੀਜ਼ਾ ਸਟੈਂਪ ਹੋ ਕੇ ਆਇਆ। ਕਿਰਨਵੀਰ ਦੀ ਜੇ ਮੈਂ ਗੱਲ ਕਰਾਂ, ਕਿਰਨਵੀਰ 1996 ਦੇ ਬੋਰਨ ਨੇ। ਅੱਗੇ ਹੈਗੇ ਆ ਜੀ ਸਮਨਦੀਪ, 2033 ਤੱਕ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਜੀ ਇਹਨਾਂ ਦਾ। ਇਹਨਾਂ ਦੀ ਜਿਵੇਂ ਇਹਦੀ ਗੱਲ ਕਰਾਂ ਤਾਂ 2006 ਦੇ ਬੋਰਨ ਨੇ ਇਹ। ਅੱਗੇ ਹੈਗਾ ਜੀ ਅਮਨਦੀਪ ਸਿੰਘ, ਜਿਨ੍ਹਾਂ ਦਾ 2029 ਤੱਕ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਵਾ। ਅਮਨਦੀਪ ਸਿੰਘ ਦੀ ਜਿਹੜੀ ਏਜ ਆ ਇਹ 1994 ਬੋਰਨ ਨੇ। ਹਰਗੁਣ ਨੇ ਜੀ 2024 ਤੱਕ ਦਾ ਇਹਨਾਂ ਦਾ ਜਿਹੜਾ ਵੀਜ਼ਾ ਸਟੈਂਪ ਹੋ ਕੇ ਆ, ਜਿੰਨੇ ਟਾਈਮ ਦਾ ਪਾਸਪੋਰਟ ਵੈਲਿਡ ਸੀਗਾ। ਹਰਗੁਣ ਦੀ ਜੇ ਮੈਂ ਗੱਲ ਕਰਾਂ ਏਜ ਦੀ ਤਾਂ ਇਹਨਾਂ ਦਾ ਜਿਹੜਾ ਬੋਰਨ ਨੇ 2013, ਕਾਫੀ ਜ਼ਿਆਦਾ ਯੰਗ ਏਜ ਆ ਇਹਨਾਂ ਦੀ। ਅਤੇ ਜਸਰਾਜ ਸਿੰਘ ਨੇ ਜੀ 2027 ਤੱਕ ਦਾ ਇਹਨਾਂ ਦਾ ਵਿਜ਼ਟਰ ਵੀਜ਼ਾ ਸਟੈਂਪ ਹੋ ਕੇ ਆ। ਜਸਰਾਜ ਦੀ ਜੇ ਮੈਂ ਏਜ ਦੀ ਗੱਲ ਕਰਾਂ ਤਾਂ ਇਹ 2015 ਬੋਰਨ ਨੇ। ਗੁਰਇਕਬਾਲ ਸਿੰਘ ਆ ਜੀ 2027 ਤੱਕ ਦਾ ਵੀਜ਼ਾ ਲੱਗ ਕੇ ਆਇਆ। ਇਹਨਾਂ ਦੀ ਜੇ ਮੈਂ ਏਜ ਦੀ ਗੱਲ ਕਰਾਂ ਤਾਂ ਇਹ ਵੀ ਕਾਫੀ ਯੰਗ ਨੇ, 2013 ਦੇ ਬੋਰਨ ਨੇ ਜਨਵਰੀ ਦੇ। ਸੋ ਇਹ ਬੱਚਿਆਂ ਦੇ ਅੱਜ ਵੀਜ਼ੇ ਸਾਡੇ ਕੋਲ ਸਟੈਂਪ ਹੋ ਕੇ ਪਹੁੰਚੇ। ਕਰਨਵੀਰ ਸਿੰਘ ਨੇ ਜੀ ਜਿਨ੍ਹਾਂ ਦਾ 2030 ਤੱਕ ਦਾ ਵਿਜ਼ਟਰ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਆਪਣੇ ਕੋਲ। ਅਤੇ ਕਰਨਵੀਰ ਦੀ ਜੇ ਮੈਂ ਡੇਟ ਆਫ ਬਰਥ ਗੱਲ ਕਰਾਂ ਤਾਂ ਇਹਨਾਂ ਦਾ 1996 ਦਾ ਜਿਹੜਾ ਡੇਟ ਆਫ ਬਰਥ ਆ। ਸੋ ਇਹਨਾਂ ਦਾ ਵੀ ਅੱਜ ਪਾਸਪੋਰਟ ਸਟੈਂਪ ਹੋ ਕੇ ਆਇਆ। ਮਨਪ੍ਰੀਤ ਕੌਰ ਨੇ ਜੀ 2027 ਤੱਕ ਦਾ ਇਹਨਾਂ ਦਾ ਜਿਹੜਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ ਆਪਣੇ ਕੋਲ, ਜਿੰਨੇ ਟਾਈਮ ਦਾ ਇਹਨਾਂ ਦਾ ਪਾਸਪੋਰਟ ਵੈਲਿਡ ਸੀਗਾ। ਐਂਡ ਮਨਪ੍ਰੀਤ ਜਿਹੜੇ ਹੈਗੇ ਆ 1995 ਦੇ ਬੋਰਨ ਨੇ। ਇਹਦੇ ਨਾਲ ਨਾਲ ਜੀ ਅੱਗੇ ਹੈਗੇ ਆ ਜਸਕੀਰਤ ਸਿੰਘ, ਜਿਨ੍ਹਾਂ 2028 ਤੱਕ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ। ਜਸਕੀਰਤ ਸਿੰਘ ਦੀ ਜੇ ਮੈਂ ਇਹਦੀ ਗੱਲ ਕਰਾਂ ਤਾਂ ਜੀ 1999 ਦੇ ਬੋਰਨ ਨੇ। ਅਤੇ ਜਿਹੜੇ ਨੈਕਸਟ ਹੈਗੇ ਜੀ ਮਲਕੀਤ ਸਿੰਘ, ਮਲਕੀਤ ਸਿੰਘ ਦੀ ਜੇ ਮੈਂ ਡੇਟ ਆਫ ਬਰਥ ਗੱਲ ਕਰਾਂ 2002 ਦੇ ਬੋਰਨ ਨੇ, ਅਤੇ ਇਹਨਾਂ ਦਾ ਜਿਹੜਾ ਵੀਜ਼ਾ 2032 ਤੱਕ ਦਾ ਸਟੈਂਪ ਹੋ ਕੇ ਆਇਆ, ਦੇਖ ਸਕਦੇ ਹਾਂ।
ਤੇ ਲਾਸਟ ਪਾਸਪੋਰਟ ਆ ਜੀ ਜਿਹੜਾ ਇਹ ਹਰਵਿੰਦਰ ਸਿੰਘ ਨੇ ਜੀ, ਜਿਨ੍ਹਾਂ ਦਾ 2003 ਦੇ ਬੌਰ ਨੇ, ਤੁਸੀਂ ਇਹਨਾਂ ਦਾ ਵੀ ਪਾਸਪੋਰਟ ਦੇਖ ਸਕਦੇ। ਇਹ ਸਾਰੇ ਯੰਗ ਬੱਚਿਆਂ ਦੇ ਵੀਜ਼ੇ ਸੀਗੇ। ਇਹ ਤੋਂ ਬਿਨਾਂ ਜਿਹੜੇ ਪੇਰੈਂਟਸ ਦੇ ਵੀਜ਼ਾ ਆਏ ਆ, ਇਹਨਾਂ 'ਚੋਂ 4 ਸੁਪਰ ਵੀਜ਼ਾ ਨੇ, ਜਿਨ੍ਹਾਂ ਦੇ ਬੱਚੇ ਇੱਧਰ ਪਰਮਾਨੈਂਟ ਜਾਂ ਸਿਟੀਜ਼ਨ ਹੋਣਗੇ, ਅਤੇ ਉਹਨਾਂ ਨੇ ਇਹਨਾਂ ਦੀ $1,00,000 ਦੀ ਘੱਟੋ ਘੱਟ ਇੰਸ਼ੋਰੈਂਸ ਸਾਲ ਦੇ ਲਈ ਕਰਵਾਈ ਹੋਊ, ਲੀਕੋ ਦੀ ਰਿਕੁਆਇਰਮੈਂਟ ਪੂਰੀ ਕੀਤੀ ਹੋਊ, ਐਂਡ ਉਹਦੇ ਬਿਹਾਫ ਦੇ ਉੱਪਰ ਜਿਹੜਾ ਸੁਪਰ ਵੀਜ਼ਾ ਅਪਰੂਵ ਹੋ ਕੇ ਪਹੁੰਚਦਾ, ਜਿਹਦੇ 'ਚ 5 ਸਾਲ ਤੱਕ ਦੀ ਸਟੇ ਲਗਾਤਾਰ ਹੋ ਸਕਦੀ ਆ। ਸੋ ਬਾਕੀ ਜਿਹੜੇ ਪਾਸਪੋਰਟ ਨੇ ਇਹ ਵਿਜ਼ਟਰ ਦੇ ਨੇ। ਸੋ ਇਹ ਅੱਜ ਆਪਣੇ ਕੋਲ ਪਾਸਪੋਰਟ ਟੋਟਲ 43 ਜਿਹੜੇ ਰਿਸੀਵ ਹੋਏ। ਸੋ ਤੁਸੀਂ ਵੀ ਇੱਦਾਂ ਦੀ ਕੋਈ ਵੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, ਆਪਣੇ ਕੇਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤਾਂ ਸਾਡੇ ਕਿਸੇ ਵੀ ਨੇੜਲੇ ਆਫਿਸ ਵਿਜ਼ਿਟ ਕਰਕੇ ਆਪਦੇ ਕੇਸ ਪ੍ਰਤੀ ਕੋਈ ਵੀ ਇਨਫੋਰਮੇਸ਼ਨ ਪੁੱਛ ਕੇ ਆਪਣਾ ਕੇਸ ਪ੍ਰੋਸੈਸ ਕਰ ਸਕਦੇ ਹੋ। ਜੇ ਤੁਹਾਨੂੰ ਕੈਨੇਡਾ ਦੇ ਵਿੱਚ ਕੋਈ ਸਰਵਿਸ ਦੀ ਲੋੜ ਹੈ, ਤਾਂ ਉੱਥੇ GD ਇਮੀਗ੍ਰੇਸ਼ਨ ਲਿਮਿਟਡ ਬ੍ਰੈਂਪਟਨ ਆਫਿਸ ਕੰਮ ਕਰਦਾ ਆਪਣਾ। ਸੋ ਉੱਥੇ ਵੀ ਤੁਸੀਂ ਕਾਲ ਜਾਂ ਉੱਥੇ ਵਿਜ਼ਿਟ ਕਰਕੇ ਆਪਣੀ ਪਹਿਲਾਂ ਅਪੁਆਇੰਟਮੈਂਟ ਜ਼ਰੂਰ ਬੁੱਕ ਕਰ ਲਿਓ। ਜੇ ਉੱਥੇ ਵਿਜ਼ਿਟ ਕਰਨਾ ਤਾਂ ਉਹਦੇ ਲਈ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਪਹਿਲਾਂ ਲੈ ਸਕਦੇ ਹੋ। ਧੰਨਵਾਦ।